ਪਠਾਨਕੋਟ ਵਿਖੇ ਮਹਾਬਲੀ ਅਖਾੜੇ ਕੱਚੇ ਕੁਆਟਰ ਵਿਖੇ ਜ਼ਿਲ੍ਹਾ ਪੱਧਰੀ ਖੇਲ ਮੁਕਾਬਲੇ ਕਰਵਾਏ ਜਾ ਰਹੇ ਨੇ। ਦੱਸ ਦਈਏ 11ਵੇਂ ਜ਼ਿਲ੍ਹਾ ਪੱਧਰੀ ਖੇਲ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਤੇ ਜਿਸ ਦੇ ਵਿੱਚ 17 ਲੜਕਿਆਂ ਦੇ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਗਏ ਨੇ ਤੇ ਕੁਸ਼ਤੀ ਦੇ ਅੰਦਰ ਜਿਹੜੇ ਨੇ 17 ਲੜਕਿਆਂ ਦੇ ਮੁਕਾਬਲੇ ਇਹ ਹੋਏ ਨੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਜ਼ਿਲ੍ਹਾ ਪੱਧਰੀ ਖੇਲ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਕੁੱਲ ਮਿਲਾ ਕੇ 30 ਗੌਰਮੈਂਟ ਅਤੇ ਪ੍ਰਾਈਵੇਟ ਸਕੂਲਾਂ ਨੇ ਜਿਹੜਾ ਹੈ ਉਹਨਾਂ ਦੇ ਬੱਚਿਆਂ ਨੇ ਭਾਗ ਲਿਆ ਤੇ 150 ਬੱਚਿਆਂ ਨੇ ਇੱਥੇ ਆਪਣੇ ਨਾਮ ਜਿਹੜੇ ਨੇ ਉਹ ਦਰਜ ਕਰਵਾਏ ਨੇ ਤੇ ਖੇਲਾਂ ਦੇ ਵਿੱਚ ਭਾਗ ਲਿਆ। ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਖੇਡ ਦੇ ਵਿੱਚ ਜ਼ਿਲ੍ਹਾ ਇੰਚਾਰਜ ਡੀਪੀ ਅਵਤਾਰ ਸਿੰਘ ਵੱਲੋਂ ਇਹ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਤੇ ਇਹਨਾਂ ਦੇ ਨਾਲ ਹੀ ਬਾਬੂ ਰਾਮ ਪਠਾਨੀਆ ਅਤੇ ਕੁਸ਼ਤੀ ਕੋਚ ਦੇ ਨਾਲ DSO ਦਫ਼ਤਰ ਦੇ ਮਦਨ ਲਾਲ, ਲੈਕਚਰਾਰ ਹਰੀਸ਼ ਕੁਮਾਰ, ਅਮਰੀਕ ਸਿੰਘ, ਸੁਨੀਲ ਤਿਮਾਲ, ਅਮਰਦੀਪ ਸਿੰਘ, ਰਣਜੀਤ ਸਿੰਘ ਵੱਲੋਂ ਇਹ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਤੇ ਆਓ ਹੁਣ ਦੇਖ ਲੈਂਦੇ ਹਾਂ ਕੁਝ ਤਸਵੀਰਾਂ ਇਸ ਮੁਕਾਬਲੇ ਦੀ। ਅਸੀਂ ਜੀ ਅਰੁਣ ਸਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ, ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਸਾਡੇ ਅਖਾੜੇ ਦੇ ਵਿੱਚ ਅੱਜ ਕੁਸ਼ਤੀ ਹੋ ਰਹੀ ਆ। ਭਾਜੀ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ, ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਭਾਜੀ ਉਹਨੇ ਸਾਡੇ ਪੂਰੀ ਦਿਲੋਂ ਹੋ ਕੇ ਮਦਦ ਕਰਦੇ। ਆਪਾਂ ਪ੍ਰਿੰਸੀਪਲ ਸਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਗਰਾਉਂਡ ਦਿੱਤੀ ਸਕੂਲ 'ਚ ਬੱਚਿਆਂ ਨੂੰ ਖੇਡਣ ਲਈ, ਕਿਉਂਕਿ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਬੱਚੇ ਵੱਧ ਤੋਂ ਵੱਧ ਗੇਮਾਂ ਕਰਨ, ਜਿਹੜੀ ਮਰਜ਼ੀ ਗੇਮ ਕਰਨ, ਮਾਂ ਪਿਓ ਨੂੰ ਵੀ ਚਾਹੀਦਾ ਉਹਨਾਂ ਦਾ ਸਾਥ ਦੇਣਾ। ਤੇ ਬਾਕੀ ਬਹੁਤ ਅਰੁਣ ਭਾਈ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਆਪਣੇ ਜਿਹੜੇ ਅਖਾੜੇ ਦੇ ਕੋਚ ਸਾਹਿਬ ਹੋ ਗਏ, ਸਾਗਰ ਭਾਈ ਹੋ ਗਏ, ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸਾਡੇ ਅਖਾੜੇ ਦੇ ਵਿੱਚ ਜਿਹੜਾ ਉਹ ਕੰਮ ਕਰਨਗੇ। ਨੌਜਵਾਨਾਂ ਨੂੰ ਬਹੁਤ ਸ਼ੌਂਕ ਹੈ ਜੀ, ਪਠਾਨਕੋਟ ਦੇ ਵਿੱਚ ਸਪੋਰਟਸ ਬਹੁਤ ਜ਼ਿਆਦਾ ਜੀ, ਲੇਕਿਨ ਸਪੋਰਟਸ ਨੂੰ ਵਾਧਾ ਨਹੀਂ ਮਿਲ ਰਿਹਾ ਕਿਉਂਕਿ ਮਾਂ ਪਿਓ ਬੱਚੇ ਦੀ ਮਦਦ ਨਹੀਂ ਕਰਦੇ, ਸਪੋਰਟ ਨਹੀਂ ਕਰਦੇ, ਕੁਛ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ। ਲੇਕਿਨ ਜਿੱਦਾਂ ਦੇ ਅਰੁਣ ਸਰ ਆਏ ਨੇ ਉਦੋਂ ਦੇ ਸਾਨੂੰ ਬਹੁਤ ਫਾਇਦਾ ਹੋਇਆ ਜੀ, ਕਾਫੀ ਚੀਜ਼ਾਂ ਦੀ ਸਹੂਲਤ ਮਿਲੀ ਆ। ਅਸੀਂ ਤਾਂ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਰਟ ਵਾਲੇ ਪਾਸੇ ਪਾਉਣਾ ਚਾਹੀਦਾ ਮਾਂ ਪਿਓ ਨੂੰ। ਇਹ 11ਵੀਂ ਜ਼ਿਲ੍ਹਾ ਪੱਧਰੀ ਆਪਣੇ ਕੁਸ਼ਤੀ ਗੇਮਾਂ ਹੋ ਰਹੀਆਂ, ਸਾਡੇ DO ਰਜੇਸ਼ ਕੁਮਾਰ ਜੀ ਔਰ AO ਸ਼੍ਰੀ ਅਰੁਣ ਕੁਮਾਰ ਜੀ ਦੀ ਅਗਵਾਈ ਹੇਠ ਮਹਾਬਲੀ ਅਖਾੜੇ ਦੇ ਵਿੱਚ ਇਹਦੇ ਵਿੱਚ ਪੂਰੇ ਜ਼ਿਲ੍ਹੇ ਦੇ ਅੰਡਰ 17 ਦੇ ਬੱਚੇ ਜਿਹੜੇ ਆ ਭਾਗ ਲੈ ਰਹੇ। ਕਿੰਨੇ ਬੱਚੇ ਪਾਰਟਿਸਪੇਟ ਕਰ ਰਹੇ ਔਰ ਕਿੰਨੇ ਸਕੂਲਾਂ ਦੇ ਬੱਚੇ ਪੜ੍ਹਦੇ? ਲਗਭਗ 25 ਸਕੂਲਾਂ ਦੇ ਬੱਚੇ ਭਾਗ ਲੈ ਰਹੇ ਆ ਔਰ ਕੋਈ 125 ਕਰੀਬ ਬੱਚਾ ਭਾਗ ਲੈ ਰਿਹਾ। ਬੱਚਿਆਂ ਦੇ ਵਿੱਚ ਬਹੁਤ ਇੰਟਰਸਟ ਆ, ਬੱਚੇ ਬਹੁਤ ਰੁਚੀ ਨਾਲ ਭਾਗ ਲੈ ਰਹੇ ਆ, ਬੱਚਿਆਂ ਦੇ ਪੇਰੈਂਟਸ ਵੀ ਆਏ ਆ, ਸਕੂਲ ਦੇ ਟੀਚਰਸ ਵੀ ਆਏ ਆ ਔਰ ਬਹੁਤ ਵਧੀਆ ਮੁਕਾਬਲਾ ਚੱਲ ਰਿਹਾ ਹਨਾ। ਔਰ ਇਹੋ ਹੀ ਹੈ ਵੀ ਜਿਹੜੀਆਂ ਗੇਮਸ ਜਿਹੜੀਆਂ ਖੇਡਾਂ ਆ ਬੱਚਿਆਂ ਲਈ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ, ਬੱਚਿਆਂ ਦੇ ਵਿੱਚ ਇੱਕ ਕੌਮੀ ਏਕਤਾ ਦੀ ਭਾਵਨਾ ਆਉਂਦੀ ਹੈ ਔਰ ਆਪਣੇ ਸਰੀਰਕ ਤੌਰ ਤੇ ਫਿੱਟ ਰਹਿੰਦੇ। ਜਦੋਂ ਬੰਦਾ ਸਰੀਰਕ ਤੌਰ ਤੇ ਫਿੱਟ ਰਹੇ ਸਭ ਕੁਝ ਠੀਕ। ਬਾਕੀ ਬੱਚਿਆਂ ਨੂੰ ਇਹੀ ਹੈ ਵੀ ਉਹ ਵੀ ਆਪਣੇ ਜਿਹੜੀ ਵੀ ਗੇਮ ਦੇ ਵਿੱਚ ਉਹਨਾਂ ਦਾ ਇੰਟਰਸਟ ਆ ਉਹਦੇ ਵਿੱਚ ਭਾਗ ਲੈਣ, ਹਨਾ, ਤਾਂ ਕਿ ਦੇਸ਼ ਦਾ ਵੀ ਨਾਂ ਉੱਚਾ ਹੁੰਦਾ ਔਰ ਸਟੇਟ ਦਾ ਵੀ ਉੱਚਾ ਹੁੰਦਾ, ਸਕੂਲਾਂ ਦਾ ਵੀ ਉੱਚਾ ਹੁੰਦਾ, ਮਾਂ ਪਿਓ ਦਾ ਵੀ ਨਾਂ ਉੱਚਾ ਹੁੰਦਾ। ਜਿਹੜੀਆਂ 11ਵੀਂ ਜ਼ਿਲ੍ਹਾ ਪੱਧਰ ਮੁਕਾਬਲੇ ਕੁਸ਼ਤੀਆਂ ਦੇ ਮੁੰਡਿਆਂ ਦੇ ਇੱਥੇ ਕਰਵਾਏ ਜਾ ਰਹੇ ਆ ਮਹਾਬਲੀ ਅਖਾੜਾ ਵਿੱਚ, ਤੇ ਇਹਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਜੀ ਵੱਲੋਂ ਜਿਹੜੀਆਂ ਹਦਾਇਤਾਂ ਹੋਈਆਂ ਜਿਨ੍ਹਾਂ ਦੀ ਟੀਮ ਜਿਹੜੀ ਇੱਥੇ ਲੱਗੀ ਹੈ ਸਾਡੇ ਕਨਵੀਨਰ ਸਾਹਿਬ ਹੈ ਪ੍ਰਿੰਸੀਪਲ ਕਲਾਸੀ ਤੋਂ ਸੁਖਵਿੰਦਰ ਜੀ, ਉਹਨਾਂ ਦੇ ਅੰਡਰ ਪੂਰੀ ਟੀਮ ਬਣਾਈ ਗਈ ਹੈ। ਅਵਤਾਰ ਜੀ ਸਾਡੇ ਇੱਥੇ ਇੰਚਾਰਜ ਹੈਗੇ ਆ ਕਬੱਡੀ ਦੇ, DP ਨੰਗਲਪੁਰ ਤੋਂ। ਬਾਬੂ ਰਾਮ ਪਠਾਨੀਆ ਜੀ ਆਏ ਹੈ ਸਾਡੇ ਇੰਡੀਆ ਦੇ ਕੋਚ ਰਿਟਾਇਰਡ, DSO ਆਫਿਸ ਤੋਂ ਸਾਡੇ ਕੁਲਵਿੰਦਰ ਮੈਡਮ ਆਏ ਹੈ, ਇਹ ਸਾਰੀ ਟੀਮ ਮਿਲ ਕੇ ਜਿਹੜਾ ਇੱਥੇ ਮੁਕਾਬਲੇ ਕਰਵਾ ਰਹੇ ਆ। ਔਰ ਸਭ ਤੋਂ ਜ਼ਿਆਦਾ ਹੀ ਥੈਂਕਸ ਜਿਹੜਾ ਮਹਾਬਲੀ ਅਖਾੜੇ ਦੇ ਦੀਪੂ ਜੀ ਹੈਗੇ ਆ, ਇਹਨਾਂ ਦਾ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਵੈਨਿਊ ਦਿੱਤਾ
ਔਰ ਬਹੁਤ ਵਧੀਆ ਹੀ ਇੱਥੇ ਐਟਮੋਸਫੀਅਰ ਗੱਦਿਆਂ ਤੇ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਕਿਉਂਕਿ ਸਟੇਟ ਲੈਵਲ ਤੇ ਵੀ ਜਿਹੜੀ ਹੈ ਕੁਸ਼ਤੀ ਆ ਗੱਦਿਆਂ ਤੇ ਕਰਵਾਈ ਜਾਂਦੀ ਹੈ। ਪਹਿਲੇ ਜਿਹੜੀ ਮਿੱਟੀ ਦੇ ਬੱਚੇ ਇੱਥੇ ਕੁਸ਼ਤੀਆਂ ਕਰਦੇ ਸੀ ਤੇ ਉੱਥੇ ਜਾ ਕੇ ਗੱਦੀ ਉਹਨਾਂ ਨੂੰ ਮਿਲਦੇ ਸੀ, ਉਹ ਜਿਹੜਾ ਮੈਚਅਪ ਨਹੀਂ ਹੋ ਪਾਉਂਦਾ ਸੀ ਤੇ ਬਹੁਤ ਵਧੀਆ ਉਪਰਾਲਾ ਅਖਾੜੇ ਵੱਲੋਂ ਵੀ ਇਹਨਾਂ ਨੇ ਜਿਹੜਾ ਮਤਲਬ ਬਹੁਤ ਵਧੀਆ ਅਰੇਂਜਮੈਂਟਸ ਕੀਤੇ ਆ ਬੱਚਿਆਂ ਵਾਸਤੇ, ਜਿਹੜਾ ਰਿਫਰੈਸ਼ਮੈਂਟ ਹੈ ਪਾਣੀ ਹੈ ਸਿਟਿੰਗ ਅਰੇਂਜਮੈਂਟ ਬਹੁਤ ਵਧੀਆ ਕੀਤੇ ਹੋਏ। ਇਹਨਾਂ ਖੇਡਾਂ ਵਿੱਚ ਲਗਭਗ ਜਿਸ ਤਰ੍ਹਾਂ ਸਾਡੇ ਕਨਵੀਨਰ ਸਾਹਿਬ ਨੇ ਦੱਸਿਆ 125 ਬੱਚੇ ਭਾਗ ਲੈ ਰਹੇ ਆ। ਇਹਨਾਂ ਚੋਂ ਜਿਹੜੇ ਵੀ ਏਜ ਗਰੁੱਪ ਵਿੱਚ ਬੱਚੇ ਨੂੰ ਗੋਲਡ ਮੈਡਲ ਆਏਗਾ ਉਹ ਬੱਚਾ ਜਿਹੜਾ ਰਾਜ ਪੱਧਰੀ ਮੁਕਾਬਲਿਆਂ ਲਈ ਜਾਏਗਾ। ਇਸ ਵਾਰ ਜਿਹੜੇ ਰਾਜ ਪੱਧਰੀ ਮੁਕਾਬਲੇ ਆ ਸਾਡੇ 18ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਉਹ ਅੰਮ੍ਰਿਤਸਰ ਵਿਖੇ ਹੋਣਗੇ, ਉੱਥੇ ਬੱਚੇ ਜਾਣਗੇ। ਆਪਾਂ ਹੋਰ ਇੱਕ ਗੱਲ ਦੱਸਦੇ ਬੱਚਿਆਂ ਨੂੰ ਹੋਰ ਵਧੀਆ ਕਰਨ ਵਾਸਤੇ ਆਪਾਂ ਇਹਦਾ ਕੈਂਪ ਲਗਾਵਾਂਗੇ ਤਾਂ ਜੋ ਪਠਾਨਕੋਟ ਦੇ ਵੱਧ ਤੋਂ ਵੱਧ ਜਿਹੜੇ ਮੈਡਲ ਆ। ਪੂਰੇ ਪਠਾਨਕੋਟ ਵਿੱਚ ਜੀ ਆਪਾਂ ਲਗਭਗ 30 ਖੇਡਾਂ ਕਰਵਾ ਰਹੇ ਹਾਂ ਪਰ ਬਾਰਿਸ਼ ਹੋਣ ਦੇ ਕਾਰਨ ਸਭ ਤੋਂ ਪਹਿਲਾਂ ਅਸੀਂ ਇਨਡੋਰ ਗੇਟਾਂ ਸ਼ੁਰੂ ਕੀਤੀਆਂ 5 ਤੋਂ ਲੈ ਕੇ 9 ਤਰੀਕ ਤੱਕ। ਇਹ ਜਿਹੜੇ ਖੇਡਾਂ ਵਿੱਚ ਸਵਿਮਿੰਗ ਕਰਵਾ ਰਹੇ ਹਾਂ ਆਪਾਂ, ਚੈੱਸ ਹੈ, ਯੋਗਾ ਹੈ, ਕਰਾਟੇ ਹੈ, ਟਾਈਕੋਂਡੋ ਹੈ, ਕਿੱਕ ਬਾਕਸਿੰਗ ਹੈ, ਜੂਡੋ ਹੈ, ਕੁਰੈਸ਼ ਹੈ, ਸ਼ੂਟਿੰਗ ਦੇ ਮੁਕਾਬਲੇ, ਗੱਤਕੇ ਦੇ ਮੁਕਾਬਲੇ ਕਰਵਾਏ ਗਏ ਹੈ। ਹੁਣ ਜਿਹੜਾ 12 ਤੋਂ ਲੈ ਕੇ 14 ਤੱਕ ਜਿਹੜੇ ਜ਼ੋਨਲ ਪੱਧਰੀ ਮੁਕਾਬਲੇ ਬੈਡਮਿੰਟਨ ਦੇ ਇਨਡੋਰ ਕਰਵਾਏ ਜਾਣਗੇ। ਸਾਡੇ ਪਠਾਨਕੋਟ 10 ਜ਼ੋਨ ਹੈ ਵੱਖ ਵੱਖ ਪਠਾਨਕੋਟ ਨੂੰ ਵੰਡੇ ਦਾ, ਉਹਨਾਂ ਵਿੱਚ ਉਹ ਮੁਕਾਬਲੇ ਕਰਵਾਏ ਜਾਣਗੇ। ਉਸ ਤੋਂ ਬਾਅਦ 20 ਤੋਂ ਲੈ ਕੇ 22 ਤੱਕ ਜਿਹੜੇ ਸਾਡੇ ਆਊਟਡੋਰ ਗੇਮ ਹੈ ਮੌਸਮ ਠੀਕ ਹੋਣ ਕਰਕੇ ਫੁੱਟਬਾਲ ਹੈ, ਬਾਸਕਟਬਾਲ ਹੈ, ਹਾਕੀ ਹੈ, ਹੈਂਡਬਾਲ ਹੈ, ਟੱਗ ਓਫ ਵਾਰ ਹੈ, ਸਭ ਗੇਮਾਂ ਕਰਵਾਈਆਂ ਜਾਣਗੀਆਂ। ਇਸ ਇੱਕ ਹੋਰ ਮੈਂ ਤੁਹਾਡੇ ਧਿਆਨ ਵਿੱਚ ਲੈਣਾ ਕਿ ਪਿਛਲੇ ਸਾਲ ਪੂਰੀ ਟੀਮ ਜਿਹੜੀ ਪਠਾਨਕੋਟ ਦੀ, ਇਹ ਤਾਂ ਸਿਰਫ ਦਫ਼ਤਰ ਨਹੀਂ ਹੈ, ਸਾਰੇ ਸਕੂਲ ਦਾ ਐਫਰਟਸ ਹੈਗੇ ਆ, ਪੂਰੀ ਪਬਲਿਕ ਦਾ, ਪੇਰੈਂਟਸ ਦਾ ਹੈਗਾ ਅਤੇ ਸਾਡੇ 135 ਮੈਡਲ ਜਿਹੜੇ ਸਟੇਟ ਪੱਧਰ 'ਤੇ ਆਏ 67ਵੀਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ। ਔਰ ਸਭ ਤੋਂ ਮਾਣ ਦੀ ਗੱਲ ਹੈ ਪਠਾਨਕੋਟ ਦੇ 135 ਮੈਡਲ ਆਉਣ ਨਾਲ ਪੇਰੈਂਟਸ ਔਰ ਬੱਚਿਆਂ ਦੇ ਐਫਰਟਸ ਹੈ, ਕੋਚਿਸ ਦੇ ਐਫਰਟਸ ਹੈਗੇ, ਉਹਦੇ ਇਕੱਲਾ ਕਿਸੇ ਬੰਦੇ ਦੇ ਨਹੀਂ ਹੈਗੇ। ਉਸ ਤੋਂ ਮਾਣ ਦੀ ਗੱਲ ਹੈ ਜੀ ਸਾਡੇ 25 ਬੱਚੇ ਜਿਹੜੇ ਰਾਸ਼ਟਰ ਪੱਧਰ ਖੇਡਾਂ ਦੇ ਗਏ ਆ ਜੀ, ਵੱਖ ਵੱਖ ਪੂਰੇ ਇੰਡੀਆ ਵਿੱਚ ਖੇਲਣ, ਔਰ 25 ਬੱਚਿਆਂ 'ਚੋਂ 9 ਜਿਹੜੇ ਪਠਾਨਕੋਟ ਦੇ ਮੈਡਲ ਆਏ। ਅਸੀਂ ਪੇਰੈਂਟਸ ਨੂੰ ਇਹੀ ਕਹਿੰਦੇ ਹਾਂ ਕਿ ਦੇਖੋ ਜੀ ਇਹ ਖੇਡਾਂ ਦਾ ਬਹੁਤ ਹੀ ਫਾਇਦਾ ਹੈਗਾ ਔਰ ਮੈਨੂੰ ਲੱਗਦਾ ਕਿ ਆਪਾਂ ਹਰ ਰੋਜ਼ ਜਿਹੜੇ ਮੀਟਿੰਗਸ ਕਰੀ ਦੀ ਆ ਪ੍ਰਿੰਸੀਪਲ ਔਰ ਅਧਿਆਪਕਾਂ ਦੀ, ਉਹਨੂੰ ਦੱਸਦਾ ਕਿ ਪੇਰੈਂਟਸ ਨੂੰ ਮੋਟੀਵੇਟ ਕਰੋ। ਇਹਦੇ 'ਚ 3% ਕੋਟਾ ਜੀ ਸਪੋਰਟਸ ਵਿੱਚ ਹੁੰਦਾ ਜੀ, ਜਿਹੜਾ ਹਜੇ ਤੱਕ ਵੀ ਜਿਹੜੇ ਪੋਸਟਾਂ ਨਹੀਂ ਭਰੀਆਂ ਜਾਂਦੀਆਂ। ਅਗਰ ਬੱਚਾ ਕੋਈ ਜ਼ਿਲ੍ਹੇ ਲੈਵਲ 'ਤੇ ਸਟੇਟ ਲੈਵਲ 'ਤੇ ਅੰਤਰ ਜ਼ਿਲ੍ਹਾ ਜਾਂ ਨੈਸ਼ਨਲ ਪੱਧਰ 'ਤੇ ਬੱਲਾ ਮਾਰਦਾ, ਪਹਿਲੇ ਦੂਜਾ ਤੀਜਾ ਸਥਾਨ ਆਉਂਦਾ, ਉਹ ਬੱਚੇ ਨੂੰ ਜਿਹੜਾ ਸਪੋਰਟਸ ਦਾ ਕੋਟਾ ਮਿਲਦਾ, ਪੜ੍ਹਾਈ ਦੇ ਨਾਲ ਨਾਲ ਉਹਨੂੰ ਨੌਕਰੀ ਵਿੱਚ ਵੀ ਮਿਲਦਾ ਹੈਗਾ। ਅਤੇ ਪੇਰੈਂਟਸ ਨੂੰ ਅਸੀਂ ਵੱਧ ਤੋਂ ਵੱਧ ਅਵੇਅਰ ਕਰਾਂਗੇ ਮੋਰਨਿੰਗ ਅਸੈਂਬਲੀ ਵਿੱਚ, ਔਰ ਬਾਕੀ ਇੱਥੇ ਵੀ ਜਿੰਨੇ ਆਏ ਉਹਨਾਂ ਨੂੰ ਕਹਿੰਦੇ ਕਿ ਘਰ ਘਰ ਜਾ ਕੇ ਜਿੱਥੇ ਪਿੰਡਾਂ ਵਿੱਚ ਹੈਗੇ ਦੱਸੋ ਇਹਦੇ ਬਾਰੇ ਖੇਡਾਂ ਬਾਰੇ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ।